ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਦਲ ਬਦਲੀਆਂ ਦੀ ਖੇਡ ਝਾੜੂ ਫੜਨ ਲੱਗੇ ਮੌਕਾ ਪ੍ਰਸਤ ਲੀਡਰ ਪੰਜਾਬ ਸਰਕਾਰ ਦੇ ਵੱਲੋਂ ਸ਼ੁੱਕਰਵਾਰ ਨੂੰ ਪੰਚਾਇਤ ਤੇ ਚੋਣਾਂ ਦਾ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਅਤੇ ਸੂਬੇ ਦੀਆਂ ਸਾਰੀਆਂ ಗ್ರಾಮ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਤ ਕਾ ਨੂੰ ਭੰਗ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿੰਡਾਂ ਦੇ ਵਿੱਚ ਦਲ ਬਦਲੀ ਦੀ ਖੇਡ ਸ਼ੁਰੂ ਹੋ ਗਈ ਆ ਪੰਜਾਬ ਦੇ ਟਵੇਟ ਅਕਾਊਂਟ ਤੋਂ ਇੱਕ ਪੋਸਟ ਹੈ ਸ਼ੇਅਰ ਕੀਤੀ ਗਈ ਹੈ ਜਿਸ ਤੇ ਲਿਖਿਆ ਗਿਆ ਹੈ ਕਿ ਸਾਬਕਾ ਸਰਪੰਚ ਤੇ ਪਿੰਡ ਦੁਗਰੀ ਰਾਇਪੂਤਾ ਦੇ ਸਰਪੰਚ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਭਗਵਾਨਤਮਾਨ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆਪ ਦੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਅਸੀਂ ਮਿਲ ਕੇ ਰੰਗਲਾ ਪੰਜਾਬ ਬਣਾਵਾਂਗੇ ਅਗਲੀ ਖਬਰ ਹੈ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਲਈ ਪੰਜਾਬ ਸਰਕਾਰ ਨੇ ਕਰ ਦਿੱਤੀ ਰਾਸ਼ੀ ਜਾਰੀ ਜਾਣੋ ਆਵੇਗੀ ਕਿਹੜੇ ਕੰਮ ਤਾਂ दोस्तों ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿਕਾਸ ਦੇ ਲਈ ਲਗਾਤਾਰ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਜ਼ਿਲ੍ਹਾ ਮਾਨਸਾ ਤੇ ਬਰਨਾਲਾ ਦੇ ਵਿੱਚ ਆ ਬਣ ਰਹੇ ਵਿਰਦਾ ਘਰਾਂ ਦੇ ਲਈ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਬਰੇ 2023-24 ਦੇ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਇੱਥੇ ਕੀਤਾ ਇਸ ਸਬੰਧ ਦੇ ਹੋਰ ਜਾਣਕਾਰ ਦਿੰਦਿਆਂ ਕੈਬਨਟ ਮੰਤਰੀ ਨੇ ਦੱਸਿਆ ਹੈ ਕਿ 올ਡ ਏਜ ਐਂਡ ਹੋਮ ਦੇ ਸਕੀਮਾਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਚਲਾਈ ਜਾ ਰਹੀ ਹੈ ਵਿਭਾਗ ਦੇ ਵੱਲੋਂ ਦਾ ਮੈਨੇਜਮੈਂਟ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ 2007 ਸੈਕਸ਼ਨ 19 ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੀਨੀਅਰ ਸਿਟੀਜ਼ਨਾਂ ਸਥਾਪਿਤ ਕੀਤੇ ਜਾਣੇ ਹਨ ਇਸ ਐਕਟ ਦੇ ਤਹਿਤ ਬੇਸਹਾਰਾ ਸੀਨੀਅਰ ਨਾਗਰਿਕਾਂ ਦੇ ਲਈ ਵੋਲਡੇਜ ਦਾ ਪ੍ਰਬੰਧਨ ਕਰਨ ਅਤੇ ਲੋੜਵੰਦ ਦਾ ਬਜ਼ੁਰਗਾ ਤੇ ਕਮਜ਼ੋਰਾ ਨੂੰ ਪਨਾਹ ਦੇਣ ਦੀ ਬਵਸਥਾ ਹੈ ਬਜ਼ੁਰਗਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਇਹਨਾਂ ਬਜ਼ੁਰਗਾਂ ਨੂੰ ਪੋਸ਼ਣਾ, ਕੱਪੜੇ, ਰਹਾਇਸ਼ ਅਤੇ ਡਾਕਟਰੀ ਸਹਾਇਤਾ ਵੀ ਮੁਹੱਈਆ ਕੀਤੇ ਜਾਂਦੇ ਬਵਸਥਾ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜੇਗੀ ਕਾਂਗਰਸ ਕੌਮੀ ਗੱਠ ਜੋੜਾ ਵਿਚਾਲੇ ਪੇਚ ਫਸਾ ਸਕਦੇ ਹਨ 2024 ਲੋਕ ਸਭਾ ਚੋਣਾਂ ਖਾਸ ਰਿਪੋਰਟ ਪਾਇਪਾ ਬ੍ਰੋਧਾ ਗੱਠ ਜੋੜਾ ਬਣਾ ਕੇ ਇੱਕ ਮਜ਼ਬੂਤ ਅਬਰੋਧਿਤਰ ਇੰਡੀਆ ਨਾਮ ਬਣਾ ਕੇ 2024 ਲੋਕ ਸਭਾ ਚੋਣਾਂ ਮੈਦਾਨ ਦੇ ਵਿੱਚ ਉਤਰਨ ਦੀਆਂ ਜਿੱਥੇ ਕੌਮੀ ਪੱਧਰ ਦੇ ਉੱਤੇ ਕਾਂਗਰਸ ਅਤੇ ਆਪ ਦੀਆਂ ਕੋਸ਼ਿਸ਼ਾਂ ਨੇ ਉੱਥੇ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਕਾਂਗਰਸ ਦੀ ਪੰਜਾਬ ਇਕਾਈ ਨੇ ਇਕੱਲਿਆਂ ਚੋਣਾਂ ਲੜਨ ਦਾ ਵੱਡਾ ਫੈਸਲਾ ਕੀਤਾ ਹੈ ਪੰਜਾਬ ਕਾਂਗਰਸ ਦਾ ਇਹ ਫੈਸਲਾ ਕੌਮੀ ਗੱਠ ਜੋੜ ਨੂੰ ਨੁਕਸਾਨ ਲੋਕ ਸਭਾ 2024 ਦੀਆਂ ਚੋਣਾਂ ਦੇ ਦੌਰਾਨ ਪਹੁੰਚਾ ਸਕਦਾ ਹੈ ਆਗਲੀ ਖਬਰ ਹੁਣ ਨੇਪਾਲ ਤੋਂ ਵੱਡੀ ਮਾਤਰਾ ਦੇ ਵਿੱਚ ਆ ਭਾਰਤ ਆਉਣਗੇ ਟਮਾਟਰ ਬਾਜ਼ਾਰ ਤੱਕ ਆਸਾਨ ਪਹੁੰਚ ਦੇ ਮੰਗ ਨੇਪਾਲ ਲੰਬੇ ਸਮੇਂ ਦੇ ਆਧਾਰ ਤੇ ਭਾਰਤ ਨੂੰ ਵੱਡੀ ਮਾਤਰਾ ਦੇ ਵਿੱਚ ਟਮਾਟਰ ਭੇਜਣ ਦੇ ਲਈ ਤਿਆਰ ਹੈ ਉਹ ਸਨੇਹਦਲੇ ਬਾਜ਼ਾਰ ਤੱਕ ਆਸਾਨ ਪਹੁੰਚ ਆ ਤੇ ਹੋਰ ਜਰੂਰੀ ਸੁਵਿਧਾਵਾਂ ਦੀ ਮੰਗ ਕੀਤੀ ਆ ਭਾਰਤ ਵਿੱਚ ਆ ਟਮਾਟਰ ਦੀਆਂ ਵਧ ਰਹੀਆਂ ਕੀਮਤਾਂ ਨੂੰ ਘਟਾ ਕਰਨ ਦੇ ਲਈ ਇਸ ਤਰ੍ਹਾਂ ਦੇ ਤਰੀਕਿਆਂ ਤੇ ਵਿਚਾਰ ਕੀਤਾ ਜਾ ਰਿਹਾ ਦੱਸ ਰਿਹਾ ਕਿ ਗਵਾਂਡੀ ਦੇਸ ਦਾ ਇਹ ਭਰੋਸਾ ਉਸ ਵੇਲੇ ਆਇਆ ਜਦੋਂ ਵਿੱਤ ਮੰਤਰੀ ਨਰਮਲਾ ਸੀ타 ਰਮਨ ਨੇ ਮਿਰਬਾਰ ਨੂੰ ਸੰਸਦ ਵਿੱਚ ਦੱਸਿਆ ਕਿ ਭਾਰਤ ਨੇ ਨੇਪਾਲ ਤੋਂ ਟਮਾਟਰਾਂ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਰੀ ਮੀਂਹ ਦੇ ਕਾਰਨ ਸਪਲਾਈ ਘਟਣ ਦੇ ਕਾਰਨ ਭਾਰਤ ਵਿੱਚ ਟਮਾਟਰ ਦੇ ਪਰਚੂਨ ਕੀਮਾਤਾ ਲਗਭਗ 242 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਤੇ ਦੇਸ਼ ਭਰ ਦੇ ਵਿੱਚ ਪਹਿਲੀ ਵਾਰ ਟਮਾਟਰ ਦੀ ਦਰਾਮਦ ਇਹ ਕਰ ਰਿਹਾ ਹੈ ਅਗਲੀ ਖਬਰ ਮੂਸੇਵਾਲਾ ਦੇ ਮਾਂ ਦੇ ਚੋਣ ਮੜਾ ਲੜਨ ਤੇ ਸਸਪੈਂਸ ਆ ਪੰਚਾਇਤਾਂ ਭੰਗ ਹੋਣ ਤੇ ਕਿਹਾ ਅਣਜਾਣੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮੁਆਫ ਕਰਨਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਬੇ ਉਹਨਾਂ ਦੇ ਪਿੰਡ ਮੂਸੇਵਾਲਾ ਦੇ ਸਰਪੰਚ ਸੇ ਪੰਜਾਬ ਕਾ ਸਰਕਾਰ ਦੇ ਬਲ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਚਾਇਤਾਂ ਭੰਗ ਕਰਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਜਾਰੀ ਕੀਤਾ ਮੈਸੇਜ ਦੇਖ ਕੇ ਸ਼ੱਕਾ ਪੈਦਾ ਹੋ ਗਿਆ ਕਿ ਸ਼ਾਇਦ ਉਹ ਐਸਭਾਰ ਚੋਣਾਂ ਨਹੀਂ ਲੜਨਗੇ ਪਿਛਲੇ 1 ਬਾਰ ਵਿੱਚ ਸੁਧਮੂਸ ਬਾਲਾ ਨੇ ਖੁਦ ਪੰਚਾਇਤੀ ਚੋਣਾਂ ਦੇ ਵਿੱਚ ਆਪਣੀ ਮਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਅਤੇ ਪਿੰਡ-ਪਿੰਡ ਘਰ-ਘਰ ਜਾ ਕੇ ਬੋਟਾ ਮੰਗੀਆਂ ਸਨ ਪਰ ਸੁਧਮੂਸ ਬਾਲਾ ਦੇ ਕਤਲ ਤੋਂ ਬਾਅਦ ਉਹਦੇ ਮਾਪੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਤੇ ਮਾਤਾ ਚਰਨ ਕੌਰ ਨੇ ਜਥੇ ਸੋਸ਼ਲ ਮੀਡੀਆ ਤੇ ਸੰਦੇਸ਼ ਪਾ ਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਕਹਿ ਕੇ ਜੇਕਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇ। ਅਗਲੀ ਖਬਰ ਸਰਕਾਰੀ ਸਕੂਲਾਂ ਨੇ ਬੱਚਾ ਸਫਾਈ ਸੇਵਕ ਰੱਖਣ ਦੇ ਫੈਸਲੇ ਦਾ ਸਵਾਗਤ। ਸਰਕਾਰੀ ਸਕੂਲਾਂ ਨੇ ਬੱਚਾ ਸਫਾਈ ਸੇਵਕ ਰੱਖਣ ਦੇ ਫੈਸਲੇ ਦਾ ਮੁੱਖ ਅਧਿਆਪਕ ਜਥੇਬੰਦੀ ਦੇ ਵੱਲੋਂ ਸਵਾਗਤ ਸ਼ਰਮਾ ਤੋਲਕਾ ਸੋਤ ਕਟ ਗੈਂਤੀ ਵਾਲੇ ਸਕੂਲਾਂ ਨੇ ਬੱਚਾ ਸਫਾਈ ਸੇਵਕਾਂ ਦੇ ਗ੍ਰਾਂਟ ਜਾਰੀ ਕਰਨ ਦੀ ਮੰਗ ਆ ਰਕੇਸ਼ ਬਰੇਟਾ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਨੇ ਬੱਚਾ ਸਫਾਈ ਸੇਵਕ ਦੇ ਮੰਗ ਨੂੰ ਲੈ ਕੇ ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੀ ਮੁੱਖ ਅਧਿਆਪਕਾ ਤੇ ਕੇਂਦਰ ਮੁੱਖ ਅਧਿਆਪਕਾ ਜੱਥੇਬੰਦੀ ਪੰਜਾਬ ਦੀ ਗੱਲਬਾਤ ਨੂੰ ਉਸ ਸਮੇਂ ਬੂਰਿਆ ਜਦੋਂ ਸਰਕਾਰ ਦੇ ਵੱਲੋਂ 3000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ ਸਰਕਾਰੀ ਸਕੂਲਾਂ ਨੇ ਬੱਚਾ ਸਫਾਈ ਸੇਵਕਾ ਰੱਖਣ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਫਰਜੀ ਖਬਰਾਂ ਫਲਾਉਣ ਵਾਲਿਆਂ ਦੇ ਹੁਣ ਖੈਰ ਨਹੀਂ ਹੁਣ 3 ਸਾਲ ਦੀ ਹੋਵੇਗੀ ਜੇਲ੍ਹ ਤਾਂ ਉਸ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਬਹਿਜਾ ਭਾਰਤ ਦੇ ਨਿਆ ਸਹਾਇਤਾ ਬੈਲ 2023 ਪੇਸ਼ ਕੀਤਾ 195 ਦੇ ਤਹਿਤ ਬੈਲ ਦੇ ਬਹਿਜਾ ਭਾਰਤ ਦੀ ਪ੍ਰਭੂ ਸત્તા ਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਝਾਲੀ ਖਬਰਾਂ ਜਾਂ ਗੁੰਮਰਾਹਕੁਨ ਜਾਣਕਾਰੀ ਫਲਾਉਣ ਵਾਲਿਆਂ ਦੇ ਲਈ 3 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ ਬੈਲਨੂ ਸਮੀਖਿਆ ਦੇ ਲਈ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਅਗਲੀ ਖਬਰ ਹੈ ਜੀਐਸਟੀ ਲਾਗੂ ਕਰਨ ਦੇ ਲਈ ਬੈਲ ਪਾਸ ਵਿਦੇਸ਼ੀ ਗੇਮ ਆਪਰੇਟਰ ਦੀ ਜ਼ਰੂਰੀ ਹੋਵੇਗੀ ਰਜਿਸਟ੍ਰੇਸ਼ਨ। ਸੰਸਦ ਨੇ ਦੋ ਮਹੱਤਵਪੂਰਨ ਮੰਣੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਪੈਸੇ ਦਾ ਤੇ ਲਗਾਉਣ ਵਾਲੇ ਆਨਲਾਈਨ ਗੇਮਾਂ ਕਿਸਨ ਅਤੇ ਕੋੜਾ ਰੇਸਿੰਗਾਂ ਕਲੱਬਾਂ ਤੇ 28% ਦੀ ਵਸਤੂ ਅਤੇ ਸੇਵਾਮਾ ਟੈਕਸ ਜੀਐਸਟੀ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਦੇ ਤਹਿਤ ਸ਼ੁਰੂਆਤੀ ਸੱਟੇ ਦੀ ਪੂਰੀ ਰਕਮ ਤੇ 28 ਫੀਸਦੀ ਟੈਕਸ ਲੱਗੇਗਾ ਮਨੀ ਬਲਦ ਵਿੱਚ ਆਨਲਾਈਨ ਗੇਮਿੰਗ ਅਤੇ ਪਲੇ ਫੋਰ ਆ ਮਨੀ ਯਾਨੀ ਆਨਲਾਈਨ ਮਨੀ ਗੇਮਿੰਗ ਦੇ ਵਿੱਚ ਅੰਤਰ ਨੂੰ ਸਪਸ਼ਟ ਕਰਦੇ ਹੋਏ ਵਿਦੇਸ਼ੀ ਗੇਮਿੰਗ ਆਪਰੇਟਰਾਂ ਨੂੰ ਵੀ ਟੈਕਸ ਦੇ ਘੇਰੇ ਦੇ ਵਿੱਚ ਲਿਆਉਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਤਹਿਤ ਵਿਦੇਸ਼ੀ ਆਨਲਾਈਨ ਗੇਮਿੰਗ ਆਪਰੇਟਰਾਂ ਦੀ ਜੀਐਸਟੀ ਰੀਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸਮਤੰਗਾਂ ਤੇ ਪੰਚਾਇਤਾਂ ਭੰਗ ਕਰ ਦਿੱਤਾਂ ਹਨ ਤੇ ਪੰਚਾਇਤੀ ਚੋਣਾਂ ਕਰਵਾਉਂਦਾ ਐਲਾਨ ਕਰ ਦਿੱਤਾ ਹੈ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਮਤੰਗਾਂ ਦੀਆਂ ਚੋਣਾਂ 25 ਨਵੰਬਰ ਤੱਕ ਅਤੇ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਤਾਰਾ 29 ਇਦੇ ਤਹਿਤ ਗram ਪੰਚਾਇਤਾਂ ਨੂੰ ਭੰਗ ਕਰ ਦਿੱਤਾ ਹੈ ਸੁਭਾ ਸਰਕਾਰ ਦੇ ਪੰਚਾਇਤੀ ਰਿਕਾਰਡ ਨੂੰ ਸੰਭਾਲਣ ਅਤੇ ਸੁਰੱਖਿਆਤ ਕਰਨ ਦੇ ਲਈ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ ਪੰਚਾਇਤ ਅਫਸਰ ਜੂਨੀਅਰ ਇੰਜੀਨੀਅਰ ਅਤੇ ਪਿੰਡ ਵਿਕਾਸ ਅਫਸਰ ਮੈਨੇਜਰ ਨਿਯੁਕਤ ਕੀਤੇ ਜਾ ਰਹੇ ਹਨ ਇਸ ਲਈ ਪ੍ਰਬੰਧਕਾਂ ਨੂੰ 14 ਅਗਸਤ ਤੱਕ ਗram ਪੰਚਾਇਤਾਂ ਨੂੰ ਵੰਡ ਕੇ ਪਰਫਾਰਮਾ ਪੈਨ ਡਰਾਈਵਰ ਸੇਮੇਤਾ ਸੌਫਟ ਕਾਪੀ ਦੇ ਰਾਹੀਂ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਗਲੀ ਵੱਡੀ ਖਬਰ ਆ ਰਹੀ ਹੈ ਜੇ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ। ਜਿਵੇਂ ਦੋਸਤੋ ਪੰਜਾਬ ਦੇ ਵਿੱਚ ਮੌਨਸੂਨਾ ਸਵਸਤ ਹੁੰਦਾ ਜਾ ਰਿਹਾ ਔਣ ਵਾਲੇ 3 ਦਿਨਾਂ ਦੇ ਵਿੱਚ ਮਾਝਾ ਦਬਾਬਾ ਤੇ ਪੂਰਬੀ ਮਾਲਵੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ 14 ਜ਼ਿਲ੍ਹਿਆਂ ਦੇ ਵਿੱਚ ਸਰਪਾ 25% بارش ਦੀ ਸੰਭਾਵਨਾ ਹੈ ਤੇ ਆਮਾ ਬਾਰਿਸ਼ ਹੁੰਦੇ ਅਮੀਦਾ ਦੂਜੇ ਪਾਸੇ ਐਤਵਾਰ ਤੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ 50 ਫੀਸਦੀ ਤੱਕਮੀ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਇਥੇ येलो ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਖੁੱਲਣਗੇ 76 ਹੋਰ ਮੁਹੱਲਾ ਕਲੀਨਿਕ 44 ਲੱਖ ਲੋਕਾਂ ਨੂੰ ਮਿਲਣਗੇ ਸਿਹਤ ਸਹੂਲਤਾਂ ਸਿਹਤ ਮੰਤਰੀ ਪੰਜਾਬ ਸਰਕਾਰ ਨੇ 14 ਅਗਸਤ ਨੂੰ ਪੰਜਾਬ ਨੂੰ ਹੋਰ 76ਵਾਂ ਮੁਹੱਲਾ ਕਲੀਨਿਕ ਸਮਰਪਤਾ ਕਰੇਗੇ ਇਸ ਤੋਂ ਪਹਿਲਾਂ ਸਵੇਰੇ ਵਜੇ 75 ਆਮ ਆਦਮੀ ਕਲੀਨਿਕਾਂ ਖੁੱਲੇ ਗਏ ਸਨ ਮੋਹ ਮੰਤਰੀ ਪੰਜਾਬ ਭਗਵੰਤ ਮਾਨ ਤੂਰੀ ਦੇ ਪਿੰਡ ਰਾਜੋ ਮਾਜਰਾ ਤੋਂ ਆਪ ਦੇ 76 ਹੂਰਾ ਆਮ ਆਦਮੀ ਕਲੀਨਿਕਾਂ ਪੰਜਾਬ ਦੇ ਲੋਕਾਂ ਨੂੰ ਸਮਰਪਤਾ ਕਰਨਗੇ ਕੈਬਨਿਟ ਮੰਤਰੀ ਡਾਕਟਰ ਬਲਬੀਰਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਲਾ 583 आम आदमी क्लीनिकਾਂ ਦੇ ਵਿੱਚ 433 ਪਿੰਡਾਂ ਵਿੱਚ ਅਤੇ 180 ਸ਼ਹਿਰਾਂ ਵਿੱਚ ਮੌਜੂਦ ਹਨ ਮੰਤਰੀ ਡਾਕਟਰ ਬਲਬੀਰਾ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਦੇ ਵਿੱਚ 44 ਲੱਖ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ ਜਦੋਂ ਕਿ ਇਹਨਾਂ ਦੇ ਵਿੱਚ 20 ਲੱਖ ਤੋਂ ਵੱਧ ਮੈਡੀਕਲ ਟੈਸਟ ਕੀਤੇ ਗਏ ਅਤੇ ਵੱਖ-ਵੱਖ ਤਰ੍ਹਾਂ ਦੇ 38 ਟੈਸਟ ਕੀਤੇ ਗਏ ਉਹਨਾਂ ਦੱਸਿਆ ਕਿ ਇਹਨਾਂ ਕਲੀਨਿਕਾਂ ਤੋਂ ਲੋਕਾਂ ਨੂੰ 30 ਕਰੋੜ ਤੋਂ ਵੱਧ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਦੇ ਵੱਲੋਂ। ਕਰੀਬ 100 ਕਰੋੜ ਰੁਪਏ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਦਾ ਖਰਚਾ ਵੀ ਲੋਕਾਂ ਦੀ ਜੇਬਾਂ ਤੇ ਨਹੀਂ ਪਿਆ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਗੇ ਦੱਸਿਆ ਹੈ ਕਿ ਸ੍ਰੀਮ ਭਗਵੰਤ ਮਾਨ ਦੇ ਵੱਲੋਂ 14 ਅਗਸਤ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਾਰੇ ਆਮ ਆਦਮੀ ਕਲੀਨਿਕ IT ਦੇ ਆਧਾਰਿਤ ਹੋਣਗੇ। ਇਹਨਾਂ ਦੇ ਵਿੱਚ ਡਾਕਟਰ ਰਿਐਸਟਰਾਰ ਅਤੇ ਭਾਰਮੈਸ਼ਟਾ ਕੋਲ ਤਿੰਨ ਤਰ੍ਹਾਂ ਦੀਆਂ ਗੋਲੀਆਂ ਉਪਲਬਧ ਹੋਣਗੀਆਂ ਤਾਂ ਜੋ ਸਮੁੱਚੇ ਮੈਡੀਕਲ ਰਿਕਾਰਡ ਨੂੰ ਡਿਜੀਟਲ ਕੀਤਾ ਜਾ ਸਕੇ। ਉਹਨਾਂ ਨੇ ਕਹਿ ਕੇ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਨਵੀਂ ਸਕੀਮ ਦੇ ਤਹਿਤ 550 ਹਾਊਸ ਸर्जਨਾ 24 ਘੰਟੇ ਡਿਊਟੀ ਤੇ ਰਹਿਣਗੇ ਪੰਜਾਬ ਸਰਕਾਰ ਨੇ। ਉਹਨਾਂ ਦਾ ਮਾਣ ਪੱਤਾ 30000 ਰੁਪਏ ਤੋਂ ਵਧਾ ਕੇ 70000 ਰੁਪਏ ਕਰ ਦਿੱਤਾ ਨਤੀਜੇ ਵਜੋਂ 300 ਡਾਕਟਰਾਂ ਨੇ ਹਾੜਾਂ ਦੇ ਦਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ।